ਲੁਧਿਆਣੇ ਦੀ ਰਜਨੀ ਜੈਨ ਆ ਉਹਨੂੰ ਉਹ ਸ਼ਰੇਆ ਮੈਨੂੰ ਕਹਿ ਚੁੱਕਾ ਵੀ ਮੈਂ ਉਹਨੂੰ ਰੱਖਣਾ ਆ ਹਨਾ ਮੈਂ ਉੱਥੇ ਤੱਕਰ ਵੀ ਵੀਰੇ ਐਕਸੈਪਟ ਕਰ ਲਿਆ ਵੀ ਮੈਂ ਕਿਹਾ ਤੂੰ ਰੱਖ ਲਾ ਉਹ ਐਲੀਗੇਸ਼ਨ ਤਾਂ ਪਹਿਲਾਂ ਤੁਸੀਂ 20 ਲਾ ਲਓ ਤੁਸੀਂ 20 ਲਾ ਲਓ ਜੀ ਹਨਾ ਜੇ ਜੇ ਮੇਰਾ ਕੋਈ ਜੇ ਰਿਕਾਰਡਿੰਗ ਚੱਲਦੀ ਆ ਕਿਸੇ ਸਿੰਗਰ ਦੇ ਨਾਲ ਤੇ ਤੁਸੀਂ ਉਹਨੂੰ ਇਹ ਕਹਿੰਦੇ ਹੋ ਕਿ ਉਹਦਾ ਰਿਲੇਸ਼ਨ ਹੈਗਾ 14-15 ਸਾਲ ਤੋਂ ਵਿਆਹ ਨੂੰ 10 ਦਿਨ ਹੋ ਗਏ ਇੰਨਾ ਚਿਰ ਤੁਸੀਂ ਕੋਈ ਸਟੈਪ ਨਹੀਂ ਚੱਕਿਆ ਅੱਜ ਹੀ ਕਿਉਂ ਚੱਕਿਆ ਤੁਸੀਂ ਮੇਰੇ ਸਟੈਪ ਇਸ ਕਰਕੇ ਨਹੀਂ ਚੱਕਿਆ ਕਿ ਮੇਰੇ ਮਾਂ ਬਾਪ ਹੈ ਨਹੀਂ ਕਿ ਮੇਰਾ ਵੱਡਾ ਬ੍ਰਦਰ ਸੀ ਉਹ ਵੀ ਪੂਰਾ ਹੋ ਗਿਆ ਮੈਨੂੰ ਪਿੱਛੇ ਭਾਈ ਸੰਭਾਲਣ ਵਾਲਾ ਹੈ ਨਹੀਂ ਕਿਉਂਕਿ ਮੈਂ ਹਾਊਸ ਵਾਈਫ ਹਾਂ ਮੈਂ 15-16 ਸਾਲ ਕਹੀ ਤੇ ਜਾਂਦੇ ਵੀ ਲੜਾਈ ਹੁੰਦੀ ਰੋਗ ਹੈ ਤੰਗ ਕੀਤਾ ਆ ਤਾਂ ਫਿਰ ਮੈਂ ਬਾਹਰ ਕਿੱਦਾਂ ਲੈ ਗਿਆ ਅਮਰੀਕਾ ਕੈਨੇਡਾ ਨੂੰ ਕਿੱਦਾਂ ਜਹਾਜ਼ ਚੜਾਤੇ ਚੰਗੇ ਸਕੂਲ 'ਚ ਪੜ੍ਹਦੇ ਆ ਚੰਗੀਆਂ ਫੀਸਾਂ ਇਹਨਾਂ ਦੀਆਂ ਅਤੇ ਰੋਜ਼ ਦਾ ਖਰਚਾ ਇਹਨਾਂ ਦਾ 500 ਰੁਪਇਆ ਇੱਕ ਬੱਚੇ ਦਾ ਪਰ ਉਹ ਕਹਿੰਦੇ ਨੇ ਪੈਸਿਆਂ ਨੂੰ ਕੀ ਕਰਨਾ ਜੇ ਸਾਨੂੰ ਪੇ ਦਾ ਪਿਆਰ ਹੀ ਨਾ ਮਿਲੇ ਜੇ ਮੈਨੂੰ ਬੱਚਿਆਂ ਦਾ ਤਾਂ ਵਾਈਫ ਦਾ ਪਿਆਰ ਨਹੀਂ ਮਿਲਦਾ ਮੈਂ ਕਿੱਥੇ ਜਾਵਾਂ ਬੱਚੇ ਕਹਿੰਦੇ ਨੇ ਰੋਜ਼ ਪਾਪਾ ਆਉਂਦੇ ਨੇ ਸ਼ਰਾਬ ਪੀ ਕੇ ਰਾਤ ਨੂੰ ਅਤੇ ਲੜਾਈ ਕਰਦੇ ਨੇ ਡਰ ਲੱਗਦਾ ਨੇ ਸਾਨੂੰ ਜਦੋਂ ਪਲੈਨ ਨਹੀਂ ਕੀਤਾ ਹੋਇਆ ਭਾਅ ਜੀ ਤੁਸੀਂ ਅਤੇ ਤੁਸੀਂ ਜੋ ਮਰਜ਼ੀ ਐਲੀਗੇਸ਼ਨ ਲਾਈ ਸੀ ਕੀ ਹੁੰਦਾ ਕੇਸਾਂ 'ਚ ਲੜਾਈ 'ਚ ਉਸ ਬੰਦੇ ਦੇ ਲਾਹਨ 'ਤੇ ਆ ਤੂੰ ਲੱਖ ਦੁਨੀਆ ਨੂੰ ਖੋਜ ਕਰਦਾ ਤੂੰ ਆਪਣੇ ਬੱਚਿਆਂ ਨੂੰ ਨਾ ਖੋਜ ਕਰ ਸਕੀ ਆ ਤਾਂ ਤੇਰਾ ਕੀ ਫਾਇਦਾ ਇੰਨਾ ਨਾਮ ਬਣਾਏਦਾ ਦੁਨੀਆ ਮੇਰੀ ਘਰ ਵਾਲੀ ਮੈਨੂੰ ਇੱਜ਼ਤ ਨਹੀਂ ਕਰਦੀ ਮੈਨੂੰ ਰੋਟੀ ਤੱਕ ਨਹੀਂ ਦੇ ਸਕਦੀ ਮੇਰੇ ਪੇ ਨੂੰ ਰੋਟੀ ਤੱਕ ਨਹੀਂ ਦੇ ਸਕਦੀ ਕੀ ਐਕਸੈਪਟ ਕਰਾਂ ਮੈਂ ਤੁਸੀਂ ਦੱਸੋ ਮੈਂ ਕਿੱਥੇ ਖੜ੍ਹਾ ਮੈਨੂੰ ਤਾਂ ਰੋਟੀ ਪਾਣੀ ਚਾਹੀਦਾ ਨਾ ਪੈਸਾ ਤਾਂ ਮੈਂ ਤੁਹਾਡੇ ਲਈ ਕਮਾ ਰਿਹਾ ਅਤੇ ਇਹ ਰਲ ਕੇ ਮੇਰੇ ਪਾਪਾ ਜੀ ਨੂੰ ਤਾਂ ਮੈਨੂੰ ਕੁਛ ਨਾ ਕੁਛ ਪਾ ਕੇ ਦਿੰਦੇ ਸਾਡੀਆਂ ਸਿਹਤਾਂ ਖਰਾਬ ਹੋਣ ਲੱਗ ਗਈਆਂ ਬਹੁਤ ਜ਼ਿਆਦੀਆਂ ਅੱਜ ਤੋਂ 3 ਸਾਲ ਪਹਿਲਾਂ ਵੀ ਮੇਰੇ ਪਾਪਾ ਜੀ ਅੱਜ ਵੀ ਬਿਮਾਰ ਪਏ ਜਦੋਂ ਮਰੇ ਇਹਨਾਂ ਨੇ ਮਾਰਨਾ ਉਹਨਾਂ ਨੂੰ ਪੰਜਾਬੀ ਪ੍ਰਸਿੱਧ ਗਾਇਕ ਲੈਂਬਰ ਹੁਸੈਨਪੁਰ ਜੀ ਕੱਲ੍ਹ ਦੇ ਜਿਹੜੇ ਘਰੇਲੂ ਝਗੜੇ ਲੈ ਕੇ ਵਿਵਾਦਾਂ ਦੇ ਵਿੱਚ ਦਿਖਦੇ ਨਜ਼ਰ ਆ ਰਹੇ ਨੇ ਸਾਡੇ ਨਾਲ ਲੈਂਬਰ ਹੁਸੈਨਪੁਰ ਜੀ ਵੀ ਮੌਜੂਦ ਨੇ ਗੱਲਬਾਤ ਕਰਦੇ ਲੈਂਬਰ ਜੀ ਕੀ ਸੀ ਮਸਲਾ ਸਾਡਾ ਜਿਹੜੀ ਘਰ ਦੀ ਲੜਾਈ ਘਰੋਂ ਨਿਕਲ ਕੇ ਬਾਹਰ ਆ ਗਈ ਜਿਹੜੀ ਥਾਣੇ ਤੱਕ ਚੱਲ ਗਈ ਮੈਂ ਤਾਂ ਬੜੀ ਇੰਨੇ ਸਾਲ ਹੋ ਗਏ ਮੈਂ ਤਾਂ ਇਹੀ ਕੋਸ਼ਿਸ਼ ਕੀਤੀ ਵੀ ਜੋ ਮੇਰੇ ਨਾਲ ਹੋ ਰਿਹਾ ਮੈਂ ਤਾਂ ਕਦੀ ਕਿਸੇ ਕੋਲ ਗੱਲ ਨਹੀਂ ਕੀਤੀ ਜਿਹੜੀ ਕਿ ਮੇਰੇ ਨਾਲ ਨਹੀਂ ਹੋ ਸਕਦੇ ਮੈਂ ਆਪਣਾ ਆਪ ਖਰਾਬ ਕਰ ਲਿਆ ਦਿਨ ਰਾਤ ਮਿਹਨਤ ਕੀਤੀ ਆ ਬੱਚਿਆਂ ਲਈ ਮੇਰੇ ਘਰ ਦੇ ਵਿੱਚ ਇੰਟਰਫੇਅਰ ਜਿਹੜੀ ਆ ਉਹ ਇਹਨਾਂ ਦੀਆਂ ਮਾਸੀਆਂ ਦੀ ਆ ਅਤੇ ਇਹਦੇ ਮਾਸੜ ਦੀ ਆ ਬਨੀ ਅਰੋੜਾ ਦਿੱਲੀ ਰਹਿੰਦਾ ਸੀ ਉੱਥੋਂ ਇੱਥੇ ਆ ਗਿਆ ਮੇਰਾ ਘਰ ਜਾਣ ਲਈ ਮੇਰੇ ਕੋਠੀ ਕਿਰਾਏ 'ਤੇ ਲਈ ਹੋਈ ਸੀ ਉਦੋਂ ਵੀ ਕਹਿੰਦੇ ਸਾਨੂੰ ਕੋਠੀ ਸਾਨੂੰ ਵੀ ਕੋਠੀ ਲੈ ਦੇ ਸਾਨੂੰ ਵੀ ਕੋਠੀ ਲੈ ਦੇ ਇੱਦਾਂ ਕਰਦੇ ਸੀ ਪਰ ਮੈਂ ਕਿਹਾ ਕੋਈ ਨਹੀਂ ਮਿਹਨਤ ਕਰੋ ਆਪੇ ਸਾਰਾ ਕੁਛ ਹੋ ਜਾਣਾ ਪਰ ਉਹਨਾਂ ਨੇ ਮੇਰੇ ਘਰ ਦਾ ਰੰਗ ਰੂਪ ਵੀ ਬਦਲ ਦਿੱਤਾ ਕਿਉਂਕਿ ਮੇਰੀ ਘਰ ਵਾਲੀ ਉਹਨੇ ਹੱਥਾਂ 'ਚ ਕੀਤੀ ਹੋਈ ਬੱਚੇ ਵੀ ਹੱਥਾਂ 'ਚ ਕਰ ਲਏ ਮੈਂ ਤਾਂ ਕਮਾਈ ਜੋ ਕਰ ਗਿਆ ਗੱਲ ਕੋਈ ਹੋਰ ਸੀ ਬਣਾ ਕੇ ਕੁਛ ਹੋਰ ਬਹਿ ਗਿਆ ਕੋਈ ਗੱਲ ਨਹੀਂ ਸੀ ਸਿਰਫ ਕੋਠੀ ਕਿਰਾਏ 'ਤੇ ਦੇਣੀ ਸੀ ਸੰਭਲੀ ਮੇਰੀ ਵਾਈਫ ਦਾ ਨਾਂ 'ਤੇ ਆ ਉਹ ਕਿਰਾਏ 'ਤੇ ਦੇਣੀ ਸੀ ਕਿ ਬੰਦੇ ਘਰ ਚਲ ਗਏ ਮੈਂ ਆਪਣੇ ਦਫ਼ਤਰ ਬੈਠ ਕੇ ਮੈਂ ਆਪਣੇ ਫੋਨ 'ਤੇ ਦੇਖਦਾ ਸੀ ਵੀ ਬੰਦੇ ਕੌਣ ਚਲ ਗਏ ਘਰ 5-7 ਜਣੇ ਅਤੇ ਨਾਲ ਹੀ ਮੇਰੇ ਬੱਚੇ ਤਾਂ ਫੈਮਲੀ ਇਹ ਕੋਠੀ ਦਿਖਾਉਣ ਚਲ ਗਏ ਮੈਂ ਇਹਨਾਂ ਨੂੰ ਫੋਨ ਲਾਉਂਦਾ ਸੀ ਨਹੀਂ ਚੱਕਿਆ ਮੈਂ ਘਰ 2-3 ਮਿੰਟ ਦਾ ਰਸਤਾ ਮੈਂ ਘਰ ਚਲ ਗਿਆ ਘਰ ਜਾ ਕੇ ਮੈਂ ਆਪਣੀ ਵਾਈਫ ਨਾਲ ਗੱਲ ਕੀਤੀ ਮੇਰੀਆਂ ਸਾਲੀਆਂ ਵੀ ਉੱਥੇ ਦੋਨੇ ਇੱਕ ਰਜਨੀ ਮੇਰੀ ਸਾਲੀ ਅਤੇ ਸਪਨਾ ਤਾਂ ਮੇਰੀ ਬੇਟੀ ਵੀ ਉੱਥੇ ਅਤੇ ਪਾਪਾ ਜੀ ਵੀ ਮੇਰੇ ਉੱਥੇ ਹੀ ਖੜ੍ਹੇ ਮੇਰੇ ਲੌਬੀ ਦੇ ਵਿੱਚ ਹੀ ਸੀ ਖੜ੍ਹੇ ਮੈਂ ਕਿਹਾ ਵੀ ਰੋਜ਼ ਕੋਈ ਹਬੀ ਨਬੀ ਹੋ ਜੂਗੀ ਉਹ ਬੰਦੇ ਕੌਣ ਸੀਗੇ ਕਹਿੰਦੇ ਤੁਸੀਂ ਨਹੀਂ ਭੇਜੇ ਮੈਂ ਕਿਹਾ ਨਹੀਂ ਕਹਿੰਦੇ ਕੋਠੀ ਦੇਖਣ ਲਈ ਆਏ ਸੀ ਤਾਂ ਮੈਂ ਕਿਹਾ ਇੱਦਾਂ ਨਹੀਂ ਕਰੀ ਜੀ ਤੁਹਾਨੂੰ ਕੋਈ ਚੋਟ ਪਹੁੰਚਾ ਸਕਦਾ ਕੋਈ ਲੁੱਟਾ ਖੋਹ ਕਰਨ ਵਾਲੇ ਆ ਸਕਦੇ ਤੁਸੀਂ ਇੱਦਾਂ ਨਹੀਂ ਕਰ ਮੈਨੂੰ ਫੋਨ ਕਰਨਾ ਚਾਹੀਦਾ ਸੀ ਉਹ ਪਿੱਛੋਂ ਉੱਠੀ ਉਹਨੇ ਮੇਰੇ ਗਲੋਂ ਫੜ ਲਿਆ ਛੋਟੀ ਨੇ ਤੂੰ ਸਾਡੀ ਭੈਣ ਨੂੰ ਤੰਗ ਕੀਤਾ ਹੋਇਆ ਉਹਨੇ ਮੇਰਾ ਕੁੜਤਾ ਪਾੜ ਦਿੱਤਾ ਦੂਸਰੀ ਆਈ ਉਹਨੇ ਆਹ ਮੇਰੇ ਘਰੂਟ ਜਿਹਾ ਮਾਰਿਆ ਇੱਥੇ ਅਤੇ ਮੇਰੇ ਚਪੇੜ ਮਾਰਤੀ ਇੱਕ ਡੰਡਾ ਜਿਹਾ ਚੱਕ ਲਈ ਉਹ ਡੰਡਾ ਚਲਦੀ ਚਲਦੀ ਗੱਲ ਦੇ ਵਿੱਚ ਉਦੋਂ ਪਹਿਲਾਂ ਜਦੋਂ ਮੈਂ ਵਾਈਫ ਨਾਲ ਗੱਲ ਕਰਦਾ ਸੀ ਮੈਂ ਰਜਨੀ ਨੂੰ ਕੋਲੋਂ ਪੈਸੇ ਲੈਣੇ ਆ ਰਜਨੀ ਸਾਲੀ ਆ ਮੇਰੀ ਜਿਹੜੀ ਬੰਨੀ ਅਰੋੜੇ ਦੇ ਘਰ ਵਾਲੀ ਉਹਦੇ ਕੋਲ ਮੈਂ ਪੈਸਿਆਂ ਦੀ ਗੱਲ ਕਰ ਲਈ ਮੈਂ ਕਿਹਾ ਵੀ 1.5 ਸਾਲ ਹੋ ਗਿਆ ਮੈਨੂੰ ਬੈਠਣ ਵੀ ਮੈਂ ਪੈਸੇ ਲੈਣੇ ਤੁਹਾਡੇ ਕੋਲੋਂ ਵੀ ਕਿੱਦਾਂ ਬਣਿਆ ਅਰੇਂਜਮੈਂਟ ਹੋਇਆ ਕੋਈ ਤਾਂ ਮੇਰੀ ਵਾਈਫ ਵੀ ਮੇਰੇ ਨਾਲ ਬੋਲਣ ਲੱਗੀ ਤਾਂ ਉਹ ਵੀ ਬੋਲਣ ਲੱਗ ਗਈ ਵੀ ਅਸੀਂ ਨਹੀਂ ਦੇਣੇ ਤੂੰ ਜੋ ਮਰਜ਼ੀ ਕਰ ਲਈ ਤੂੰ ਜੋ ਮਰਜ਼ੀ ਕਰ ਲਈ ਗੱਲ ਹੋਰ ਪਾਸੇ ਨੂੰ ਚੱਲ ਗਈ ਉਹਨਾਂ ਨੇ ਮੈਨੂੰ ਪਿੱਛੋਂ ਸਾਡੀ ਸਾਲੀਆਂ ਕਹਿੰਦੀਆਂ ਨੇ ਅਤੇ ਤੁਹਾਡੇ ਬੱਚੇ ਵੀ ਕਹਿੰਦੇ ਨੇ ਕਿ ਜਦੋਂ ਸਾਡੀਆਂ ਮਾਸੀਆਂ ਆਉਂਦੀਆਂ ਇਕੱਠੇ ਹੁੰਦੇ ਉਦੋਂ ਹੀ ਆ ਕੇ ਪਾਪਾ ਜਿਹੜੇ ਲੜਦੇ ਨੇ ਫਿਰ ਮੈਂ ਤਾਂ ਲੜਨਾ ਹੀ ਹਾਂ ਜਦੋਂ ਮੇਰੇ ਬਿਨਾਂ ਪਿੱਛੋਂ ਤਾਂ ਜਦੋਂ ਮੈਨੂੰ ਕੋਈ ਪੁੱਛਦਾ ਨਹੀਂ ਮੇਰੇ ਘਰ 'ਚ ਕਿੱਦਾਂ ਤੁਸੀਂ ਆ ਸਕਦੇ ਯਾਰ ਤੁਸੀਂ ਸਿਆਣੇ ਆ ਮੇਰੇ ਹੁੰਦੇ ਹੋ ਤੁਸੀਂ ਮੇਰੇ ਨਾਲ ਕੋਈ ਗੱਲ ਹੀ ਨਹੀਂ ਕਰਦੇ ਤੁਸੀਂ ਮੇਰੇ ਘਰ 'ਚ ਆ ਕੇ ਐਂਟਰੀ ਕਰਕੇ ਮੇਰਾ ਘਰ ਖਰਾਬ ਕਰੀ ਜਾਂਦੇ ਆ ਮੈਂ ਤਾਂ ਕਹਿਣਾ ਹੀ ਆ ਹਰ ਘਰ 'ਚ ਲੜਾਈ ਹੁੰਦੀ ਆ ਦੇਖੋ ਕੋਈ ਗੱਲ ਆ ਇਹਦੇ ਵਿੱਚ ਵੀ ਮੇਰੀ ਘਰ ਵਾਲੀ ਮੇਰੀ ਗੱਲ ਹੀ ਨਹੀਂ ਮੰਨਦੀ ਉਹ ਉਹਨਾਂ ਦੀ ਮੰਨੀ ਜਾਂਦੀ ਆ ਉੱਥੋਂ ਜਦੋਂ ਮੈਂ ਪੈਸਿਆਂ ਦੀ ਗੱਲ ਕੀਤੀ ਉਹ ਨੱਠ ਕੇ ਡੰਡਾ ਲੈਣ ਚਲੀ ਉਹ ਡੰਡਾ ਮੇਰੇ ਵੱਜਾ ਮੈਂ ਉਹ ਖੋਲਿਆ ਖੋਣ ਤੋਂ ਬਾਅਦ ਇਹ ਨੱਠ ਕੇ ਬਾਹਰ ਗਈਆਂ ਜਦੋਂ ਬਾਹਰ ਗਈਆਂ ਉਸ ਤੋਂ ਬਾਅਦ ਮੈਂ ਅੰਦਰੋਂ ਕੁੰਡਾ ਲਾ ਲਿਆ ਮੈਂ ਤਾਂ ਪਾਪਾ ਜੀ ਨੇ ਸਾਡੇ ਘਰ 'ਚ ਹੋਰ ਕੋਈ ਨਹੀਂ ਹੈਗਾ ਉਸ ਤੋਂ ਬਾਅਦ ਮੈਂ ਨਹੀਂ ਬਾਹਰ ਨਿਕਲਿਆ ਬਾਹਰ ਜੋ ਡਰਾਮਾ ਕੀਤਾ ਉਹ ਉਲਟਾ ਹੀ ਹੋ ਗਿਆ ਸਾਰਾ ਕੁਛ ਇੱਕ ਪੈਸਾ ਦਾ ਲੈਂਡਰ ਇੱਕ ਮੈਂ ਆਪਣੀ ਵਾਈਫ ਨਾਲ ਗੱਲ ਕਰਦਾ ਸੀ ਉਹਨਾਂ ਦੇ ਇੰਟਰਫੇਅਰ ਕਰਨ ਦਾ ਬਣਦਾ ਹੀ ਨਹੀਂ ਸੀ ਜਿੰਨੇ ਵੀ ਇੰਟਰਵਿਊ ਦੇਖਦੇ ਉਹਨਾਂ ਨੂੰ ਦੱਸ ਦਿਓ ਵੀ ਇਸ ਗੱਲ ਦਾ ਜਵਾਬ ਹੈਗਾ ਵੀ ਮੇਰੀ ਘਰ ਵਾਲੀ ਨਾਲ ਮੇਰੀ ਗੱਲ ਹੋ ਰਹੀ ਮੇਰੇ ਸਾਲੀਆਂ ਦਾ ਕੀ ਕੰਮ ਉਹਦੇ ਵਿੱਚ ਇੰਟਰਫੇਅਰ ਕਰਨ ਦਾ
जे उन्होंने लगता जिदा बच्चों को बयान दवाई जाते हैं तो वह मैं पता ही नहीं लगता कुछ भी मैं तो अपनी जिंदगी उन्होंने खराब की हुई है। पर बच्चे कहते हैं रोज़ पापा आते हैं शराब पी के रात को लड़ाई करते हैं डर लगता ने सानू जो प्लान नहीं किया हो भाजी तुम तो तुम जो मर्जी एलीगेशन लाई जाओ की होंगे केसा लड़ाई एलीगेशन नहीं होंगे ना तीवी आदमी की लड़ाई कितने तक दे लो कोर्ट कचहरी के बजाय एलीगेशन होते पर मैं अपनी वाइफ से एलीगेशन नहीं लाता चाहे मैं बहुत गलों का पता होगा पर मैं लाता नहीं ना वो गलत है सीधी गल वाइफ तो कहते नहीं कि शक करते हैं मेरे तक नहीं शक शक तो इस करके होंगी है भी तुम बिना गल तो क्यों सद किसी क्यों नहीं शक होगी तुम मेरे नाल गल करते हैं तुम मेरे नाल गल करो भी अपने घर आ रहा मेरे घर के गेट की चाबी डुप्लीकेट बनाई इन्होंने रल के सारे टब्बर जिड़ी कि मैं फड़ ली बाद च पता लगा जी मेरा छोटे साला उन्हें छेड़ी जाए उन्हें बनाई उन्हें मैं दसता है उन्हें मैं दसता भी मेरे को मेरी दीदी ने बनवाई है रोजी ने बनवाई है रोजी मेरी वाइफ का नाँ है है उन्होंने चाबी बनाई क्यों बनवाई क्यों विवाद 15-16 साल का चली आता इन्हों की खातर चलता तो जे मैं इन्नी गलत सी फिर इन्होंने एप्लीकेशन क्यों नहीं दी हजे तक हूँ क्यों चेता आया क्योंकि हूँ मैं पैसे मंग लए जी आया मसला 15-16 साल कही तो जाते भी लड़ाई होंगी हो गया तंग किया तो फिर मैं बाहर किदा लग गया अमेरिका कनेडा इन्होंने किदा जहाज चढ़ाते चंगे स्कूल पढ़ते हैं चंगी फीसा इन्हों दियाँ रोज़ का खर्चा इन्हों का 500 रुपया एक बच्चे का पर कहते हैं पैसों की करना जो सू पे प्यार ही ना मिले जे मैनू मैनू बच्चों का तो वाइफ का प्यार नहीं मिलता मैं कितने जावा जो मैं एक्सैप्ट करता मैं मैंने लोग प्यार करते हैं लखा लोग मैंने देखते हैं मेरी घरवाली मैं इज्जत नहीं करती मैं रोटी तक नहीं दे सकती मेरे पे रोटी तक नहीं दे सकती की एक्सैप्ट करा मैं तुसी दसो मैं कितने खड़ा मैं तो रोटी पानी चाहिए ना पैसा तो मैं तुहाडे लई कमा रहा मैं अपने बच्चे पढ़ाने मैं उन्होंने मरदा उन्होंने भाजी सब कुछ हैगा अज लै लैन कल लैन मेरा उन्होंने कोई विवाद नहीं है अज वो किसी के मासिया के चढ़े हुए धक्के मासड़ दे तो वो जो उन्होंने कल अकल आ जूगी तो वो जो मर्जी कर लैन अज भी लै लैन उन्होंने आपके घर च आपके घर बैठे पर उन्होंने एंट्री बंद होनी चाहिए मेरे घर के पर ताड़ी पत्नी का भी कहना कि इन्होंने कोई लुधियाने लेडी दे नाल अफेयर चलता पे नहीं वो तो देखो एलीगेशन तो पहले तुम भी ला लो तुम भी ला लो जी है ना एल जे जे मेरा कोई जे रिकॉर्डिंग चलती है किसी सिंगर दे नाल ते तुसी उन्हें ये कह दो कि उहदा नाल रिलेशन है घरों घर सारे जता लिया मैं मेरा एग्रीमेंट है कुड़ी दे नाल मैं उन्होंने सारा कुछ अपना LH प्रोटेक्शन का दिता है एग्रीमेंट मेरे को है एग्रीमेंट मेरे को है एग्रीमेंट होया कि कर सकते हैं तुसी भी तुसी उन्हों एली ला दोगे एलीगेशन तुहाडा उहदा नाल रिलेशन है मेरा एग्रीमेंट है जिन्हें मेरा यूट्यूब का फेसबुक का सारा कुछ हैंडल किया जिन्हें प्रोग्राम बुक करने उन्हें गाना भी है मेरे नाल मेरे नाल जाना भी आ अपनी वाइफ नूं दस के उन्होंने एग्रीमेंट किया ये जिहड़ा एलीगेशन तुसी भी न्याणे नहीं भाजी तुसी तुहानूं पता है भी एक बंदे का जो नाम बनया उत्ते एलीगेशन ही लाते होंगे सारे मैनूं भी पता पर मेरे बच्चे आ वो बच्चे ही रहने आ मासिया मासड़ जिन्ने मर्जी जोर ला लैन पे नहीं बन सकता कोई भी तो वह घर भी उन्हों का ही आ पैसा भी मैं उन्होंने कमा मैं पढ़ाने जिथे तक मर्जी भाजना ये मैनू नहीं पसंद करते मैं अपने दफ्तर रह लूँ पर मैं कमाई उन्होंने करनी है कमाई मैं उन्होंने करनी है घर भी उन्हों का ही आ प्रॉपर्टी उन्होंने जो मासी मासड़ बच्चे आते ना गोल चक्कर पा के तो उन्होंने ना मेरे घर च एंट्री बंद होनी चाहिए यही भी फैमिली के झगड़ा चल रहा मासी मासड़ करा देने जो भी करा दे बनी बनी अरोड़ा तो रजनी मासी तो आ जी आई सपना ये जो कट्ठिया होंगे साढ़े घर उदों ही पसाद शुरू हो जाता उदों ही पसाद शुरू हो जाता उदू पहले ठीक होंगे तो ढे किसी रिश्तेदार ने राईनामे की कोई गलबात नहीं की भाजी रिश्तेदार पसंद ही नहीं करता कोई भी मेरे तो भैन भरा मेरे बापू की नहीं इज्जत मेरा भाई भरा कोई होंगे ही नहीं वो कहती मैं पसंद ही नहीं करती सिर्फ आप भैनों पसंद करती वो कहते मैं ब्याह ही इन्होंने कराया फिर मैं की करा मैं ये जवाब दे दौ सारे मीडिया में मैं बेनती करता भी वो कहते मैं अपने भैन भरावों लिए ब्याह किया तेरे ना मेरा कोई गल ही है नहीं फिर मैं जावा कितने तुम दसो फिर मैं पूछ भी तेरी इंश्योरेंस हुई है क्यों पूछी ये गल अज तक किसी ने पूछी आ भी तेरी इंश्योरेंस हुई है किसी ने भी कभी नहीं पूछी होगी क्योंकि मैं ये गल्ला नहीं करना चाहता क्योंकि मैं मेरे बच्चे आ मेरी फैमिली आ अज असी वखरे आ कल कट्ठे हो सकते हैं पर मेरा कोई विवाद नहीं है वो मासी मासड़ जिहड़े आ बेनती आ भी वह बंद करा कानून करा दे मेरे घर च बंद हो जाना हूँ बस जे फैमिली दे विच राजीनामा हुंदा कि तुसीं मैं तो अज भी मेरा कोई झगड़ा नहीं उन्होंने मेरा कहदा झगड़ा मैं तो अपनी वाइफ नाल गल की सी झगड़े का रूप मासी मासड़ ने दिता वो बदमाशी करते बंदे बाहर लिया के प्लैनिंग की हुई आ भी इहनूं मारना किदां आ मेरी घरवाली तो यह रल के मेरे पापा जी ने तो मैनू कुछ ना कुछ पा के देंगे साड़िया सेहत खराब होने लग गई बहुत ज़्यादा अज तो 3 साल पहला भी मेरे पापा जी अज भी बीमार पाया जो मरे इन्होंने मारना उन्होंने मरन वाले आ
इन्हां दी बदौलत, क्योंकि टाइम सिर रोटी नहीं मिलती, उन्हां दी इज्जत नहीं हुंदी। कपड़े लीड़ा कालर कफ तक मैले हुंदे, उह पापा जी अज बजुर्ग आ उह आप धोंदे आ, वी मेरे कपड़े चज नाल धोंदी नहीं। मेरा बटन टुटा होवे कदी उह नहीं उहने लाया। मेरी रोटी पानी का कोई फिक्र नहीं। मैं कह के कहना भी मेरे डब्बे च रोटी पा दे, मैं दफ्तर भुख लग जाती मैनू, मैं की करा, कित्थे जावां, मैनू तुसीं दस्सो। मैं रोटी तां जदों असीं गरीबी सीगे घर, उदों भी मैं 9 साल रोटी बनाई, उदों भी मेरी माँ नहीं सी, भैन नहीं सी, ते अज भी मैं रोटी बना के आप ही खिला रहा, नाले इन्हां नू खिला रहा, सारे टब्बर नू, कदें आह बना दो, कदें आह बना दो। मैं घर जदों मैं वेला बैठा हुंदा, पत्नी रोटी नहीं बनाती, वो बहुत घट बनाती, बनाती आ पर मत्थे ते तीड़ियां पा पा भी कोई आ ना जाए, जदों इदां दे आउणे उदों फिर खुश हुंदी। ਅਤੇ ਲਾਸਟ 'ਤੇ ਤੁਹਾਡਾ ਇੰਨਾ ਕਰੀਅਰ ਹੈ, ਪੰਜਾਬੀ ਪ੍ਰਸਿੱਧ ਗਾਇਕ ਹੋ, ਕਿਸ ਤਰ੍ਹਾਂ ਦੇਖਦੇ ਹੋ ਕਰੀਅਰ ਨੂੰ ਆਪਣਾ? ਕੈਰੀਅਰ ਤਾਂ ਖਤਮ ਹੋ ਗਿਆ ਭਾਅ ਜੀ, ਹੁਣ ਮੈਂ ਕੀ ਕਰ ਸਕਦਾ, ਹੁਣ ਤਾਂ ਪਰਮਾਤਮਾ ਹੀ ਰੱਖਾ, ਉਹਦੇ 'ਤੇ ਛੱਡ ਦਿੱਤੀ ਮੈਂ, ਬਾਕੀ ਕਾਨੂੰਨ ਅਤੇ ਮੀਡੀਆ 'ਤੇ ਆ, ਜੋ ਪਬਲਿਕ ਹੋਊਗੀ, ਜੋ ਕਾਨੂੰਨ ਕਰੂਗਾ, ਉਹ ਆਪਾਂ ਨੂੰ ਮਨਜ਼ੂਰ ਹੈ, ਮੇਰਾ ਤਾਂ ਝਗੜਾ ਹੀ ਕੋਈ ਨਹੀਂ। ਮੈਂ ਤਾਂ ਆਪਣੀ ਵਾਈਫ ਨੇ ਗੱਲ ਕੀਤੀ ਆ ਵੀ ਬੰਦੇ ਜਦੋਂ ਕੋਈ ਆਉਂਦਾ ਆ, ਮੈਂ ਘਰ ਵਾਲਿਆਂ ਨਾਲ ਗੱਲ ਕਰ ਲਈ, ਜੇ ਇਹ ਦੱਸ ਦਿਓ ਮੈਨੂੰ ਕੀ ਮਾੜੀ ਗੱਲ ਆ। ਬਿਲਕੁਲ, ਜਿਸ ਤਰ੍ਹਾਂ ਲੈਂਬਰ ਹੁਸੈਨਪੁਰੀ ਜਿਹਨਾਂ ਗੱਲਬਾਤ ਕੀਤੀ, ਉਹਨਾਂ ਦਾ ਇਹੀ ਕਹਿਣਾ ਕਿ ਮੈਂ ਆਪਣੇ ਬੱਚਿਆਂ ਦਾ ਕਰੀਅਰ ਹਜੇ ਵੀ ਸੋਚਦਾ ਵਾਂ। ਜਿਸ ਤਰ੍ਹਾਂ ਕਿ ਉਹਨਾਂ ਨੇ ਦੱਸਿਆ ਕਿ ਜਿਹੜੀ ਮਾਸੀ ਅਤੇ ਮਾਸੜ ਹੀ ਜਿਹੜਾ ਸਾਡੇ ਘਰ ਦੇ ਵਿੱਚ ਕਲੇਸ਼ ਕਰਾਉਂਦੇ ਨਜ਼ਰ ਆ ਰਹੇ ਨੇ। ਕੈਮਰਾਮੈਨ ਸਾਹਿਲ ਦੇ ਨਾਲ ਸੁਸ਼ੀਲ ਅੰਸਰ ਜਾਣਾ, ਸਪੋਕਸਮੈਨ ਟੀ ਵੀ ਜਲੰਧਰ।